ਕੀ ਹਾਲ ਆ ਸਾਰਿਆਂ ਦਾ ਇਹ ਸਾਰੇ ਵਧੀਆ ਹੋਣੇ ਆ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਨਵਾਂ ਵਲੌਗ ਇਹਦੇ ਵਿੱਚ ਮੀਟਿੰਗ ਕਰਾਂਗੇ ਆਪਾਂ ਨੈਕਸਨ ਦਾ ਬਾਕੀ ਸ਼ੁਰੂ ਕਰਦੇ ਆ ਕੰਮ ਉਸ ਤੋਂ ਪਹਿਲਾਂ ਤੁਸੀਂ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਕੀ ਦਿਖਾਣੇ ਅੱਗੇ ਆਪਾਂ ਤੇ ਕੀ ਹਾਲ ਆ ਮੇਰੇ ਭਰਾਵਾਂ ਦੇ ਸਾਰਿਆਂ ਦਾ ਕੀ ਹਾਲ ਜੇ ਇਹਨੂੰ ਅੱਜ ਆਪਾਂ ਕਰਨ ਲੱਗੇ ਮੀਟਿੰਗ ਮੈਟ ਜਿੱਦਾਂ ਦੇਖ ਰਹੇ ਆ ਤੁਸੀਂ ਇਹਦੇ ਵਿੱਚ ਬਹੁਤ ਜ਼ਿਆਦਾ ਮਿੱਟੀ ਆ ਜਾਂਦੀ ਆ ਮੀਟਿੰਗ ਦੇ ਇਹ ਫਾਇਦੇ ਨੂੰ ਕੁਝ ਵੀ ਡੁੱਲ ਜਵੇ ਸਮੈਲ ਨਹੀਂ ਆਉਂਦੀ ਇੱਕ ਤਾਂ ਅਤੇ ਇਹ ਡਸਟਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਕਿ ਇਹਦੇ ਵਿੱਚ ਫਸ ਜਾਂਦੀ ਹੈ ਅਤੇ ਨਿਕਲਦੀ ਨਹੀਂ ਆ ਮੀਟਿੰਗ ਆਪਾਂ ਕਰਕੇ ਦਿਖਾਉਂਦੇ ਹਾਂ ਤੁਹਾਨੂੰ ਕਿਹੜੀ ਮੀਟਿੰਗ ਹੋਏਗੀ ਸਭ ਤੋਂ ਬੈਸਟ ਮੀਟਿੰਗ ਆ ਖੋਲ੍ਹ ਕੇ ਦਿਖਾਉਂਦੇ ਹਾਂ ਤੁਹਾਨੂੰ ਕਿੱਦਾਂ ਦੀ ਸਭ ਤੋਂ ਵਧੀਆ ਮੀਟਿੰਗ ਆ ਜਾਂਦੀ ਹੈ ਪੈਡਿੰਗ ਵਾਲੀ ਹੁੰਦੀ ਹੈ ਇਹਨੂੰ ਪੈਡਿੰਗ ਵਾਲੀ ਮੀਟਿੰਗ ਕਹੀਦਾ ਆਪਾਂ ਖੋਲ੍ਹ ਕੇ ਦਿਖਾਉਂਦੇ ਹਾਂ ਤੁਹਾਨੂੰ ਬਾਕੀ ਤੁਹਾਨੂੰ ਕਰਕੇ ਦਿਖਾਉਂਦੇ ਇਹਨੂੰ ਲਾ ਕੇ ਸਾਰਾ ਫਿਰ ਓਕੇ ਕਰਦੇ ਹਾਂ ਆਪਾਂ ਆਪਾਂ ਕਰਤਾ ਕੰਮ ਸਟਾਰਟ ਸੀਟਾਂ ਖੁੱਲ੍ਹ ਰਹੀਆਂ ਨੇ ਬਾਕੀ ਸੀਟਾਂ ਕੱਢਣੀਆਂ ਹਾਲੇ ਸਾਫ਼ ਸਫਾਈ ਵਗੈਰਾ ਵਗੈਰਾ ਆਹ ਸਾਡੀ ਲੀਵਰ ਲੱਗੀ ਆ ਸੀਟਾਂ ਕੱਢਣ ਲੱਗੇ ਆਪਾਂ ਬਾਹਰ ਸੀਟਾਂ ਨਿਕਲਣੀਆਂ ਬਾਹਰ ਸਾਰੀਆਂ ਸੀਟਾਂ ਆਪਾਂ ਸਾਰੀਆਂ ਖੋਲ ਚੜੀਆਂ ਆ ਬਾਕੀ ਹੁਣ ਮੈਟ ਮੂਟ ਸਾਰੇ ਬਾਹਰ ਕੱਢ ਕੇ ਮੀਟਿੰਗ ਕਰਨੀ ਸਟਾਰਟ ਕਰਦੇ ਹਾਂ ਆਪਾਂ ਬਾਕੀ ਦਿਖਾਉਂਦੇ ਹਾਂ ਤੁਹਾਨੂੰ ਨਾਲ ਨਾਲ ਆਪਾਂ ਤੇ ਰੱਖਣ ਲੱਗੇ ਸੀਟਾਂ ਆਪਾਂ ਇੱਕ ਰੱਖ ਦਈਏ ਦੂਜੀ ਰੱਖਣ ਲੱਗੇ ਰੱਖੋ ਮੇਰੀ ਸੀਟ ਹੋ ਗਈ ਆ ਪਿੱਛੇ ਲਾਉਂਦੇ ਹਾਂ ਬਾਕੀ ਦਿਖਾਉਂਦੇ ਹਾਂ ਸੀਟਾਂ ਰੱਖਣ ਤੋਂ ਬਾਅਦ ਕਿੱਦਾਂ ਲੋਕਾਂ ਦੀ ਲਓ ਜੀ ਮੀਟਿੰਗ ਹੋ ਗਈ ਆ ਕੰਪਲੀਟ ਸਾਰੀ ਆਪਣੀ ਦੇਖ ਸਕਦੇ ਹਾਂ ਤੁਸੀਂ ਲੁੱਕ ਦੇ ਵਿੱਚ ਕਿੰਨੀ ਵਧੀਆ ਲੱਗਦੀ ਪਈ ਆ ਅਤੇ ਸਭ ਤੋਂ ਬੈਸਟ ਮੀਟਿੰਗ ਵਿੱਚ ਆ ਜਾਂਦੀ ਹੈ ਪੈਡਿੰਗ ਥੋੜ੍ਹਾ ਪੈਟਰਨ ਵੀ ਸਭ ਤੋਂ ਵਧੀਆ ਆ ਦੇਖ ਸਕਦੇ ਹਾਂ ਜਿਹੜੀ ਚਾਬੀ ਕੱਢੀ ਸੀ ਉਸ ਤੋਂ ਬਾਅਦ ਆਪਾਂ ਪਾਤੇ ਮੈਟ ਇਹਦੇ ਵਿੱਚ ਥੋੜ੍ਹੀ ਸੇਫਟੀ ਰਹਿੰਦੀ ਹੈ ਮੀਟਿੰਗ ਦੀ ਵੀ ਅਤੇ ਥੋੜ੍ਹਾ ਡਸਟਿੰਗ ਦੀ ਘੱਟ ਪ੍ਰੋਬਲਮ ਹੁੰਦੀ ਹੈ ਈਜੀ ਆਪਾਂ ਸਾਫ਼ ਕਰ ਸਕਦੇ ਹਾਂ ਅਤੇ ਬਾਕੀ ਦੱਸਿਓ ਕਿੱਦਾਂ ਲੱਗੀ ਤੁਹਾਨੂੰ ਸਾਡੀ ਵੀਡੀਓ ਲਾਈਕ ਕਰੋ ਸਾਡਾ ਕੰਮ ਹੋ ਗਿਆ ਸਾਰਾ ਕੰਪਲੀਟ ਜੇ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਅਤੇ ਬੈਲ ਆਈਕਨ ਦੇ ਬਟਨ ਨੂੰ ਦੱਬ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਅਗਲੀ ਵੀਡੀਓ ਆਪਾਂ ਜਲਦ ਲੈ ਕੇ ਆਵਾਂਗੇ ਤੁਹਾਡੇ ਲਈ ਬਾਏ ਟੇਕ ਕੇਅਰ ਸੀ ਯੂ